ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਸਿਮਰਨਜੋਤ ਸਿੰਘ ਹਜੂਰ ਸਾਹਿਬ ਤੋਂ ਆਈ ਹੋਈ ਸੰਗਤ ਨੂੰ ਲੈ ਕੇ ਲਗਾਤਾਰ ਕਈ ਤਰ੍ਹਾਂ ਦੀਆਂ ਥਿਊਰੀਜ਼ ਕਈ ਤਰ੍ਹਾਂ ਦੇ ਸਵਾਲ ਨੇ ਸਾਡੇ ਨਾਲ ਇਸ ਵੇਲੇ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੁੜੇ ਨੇ ਮਿੰਟੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਤੇ ਸ਼ੁਕਰੀਆ ਸਿਮਰਨਜੋਤ ਸਿੰਘ ਜੀ ਤੁਹਾਡੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ ਕੀ ਲੱਗਦਾ ਹੈ ਕਿ ਕਮਿਊਨੀਕੇਸ਼ਨ ਦਾ ਗੈਪ ਹੈ ਜਾਂ ਕਿੱਥੇ ਦਿੱਕਤ ਆਈ ਹੈ ਕਿ ਉਹ ਸੰਗਤ ਕਹਿ ਰਹੀ ਹੈ ਬਾਬਾ ਜੀ ਬਲਵਿੰਦਰ ਸਿੰਘ ਕਹਿ ਰਹੇ ਨੇ ਕਿ ਉੱਥੇ 3 ਵਾਰੀ ਟੈਸਟ ਹੋਏ ਹੈ ਪੰਜਾਬ ਆ ਕੇ ਅਸੀਂ ਪੋਜ਼ਿਟਿਵ ਆਨੇ ਆ ਉੱਥੇ ਅਸੀਂ 네ਗੇਟਿਵ ਆਏ ਆ ਅਕਾਲ ਤਖਤ ਦੇ ਜਥੇਦਾਰ ਤੱਕ ਨੇ ਕਿਹਾ ਕਿ ਉੱਥੇ 네ਗੇਟਿਵ ਆਈ ਹੈ ਸੰਗਤ ਤਾਂ ਇਹ ਇੰਨਾ ਵੱਡਾ ਗੈਪ ਕਿਵੇਂ ਹੋ ਸਕਦਾ ਦੇਖੋ ਜਾਂ ਤਾਂ ਪਰਿਭਾਸ਼ਿਤ ਕਰਨ ਦਾ ਕਿਤੇ ਨਾ ਕਿਤੇ ਮਸਲਾ ਹੈ ਕਿ ਠੀਕ ਢੰਗ ਨਾਲ ਚੀਜ਼ਾਂ ਪਰਿਭਾਸ਼ਿਤ ਨਹੀਂ ਕਰ ਪਾਈਆਂ ਜਾ ਰਹੀਆਂ ਜੀ ਜਾਂ ਪੋਚਾ ਪਾਇਆ ਜਾ ਰਿਹਾ ਕਿਸੇ ਸਾਈਡ ਵੱਲੋਂ, ਸਾਈਡ ਕੋਈ ਵੀ ਹੋ ਸਕਦੀ ਹੈ। ਉਦਾਹਰਣ ਦੇ ਤੌਰ ਤੇ ਦੇਖੋ, ਹੁਣ ਆਪਾਂ ਜੇ ਮੰਨ ਲਓ ਘਰ 'ਚ ਬੈਠੇ ਹਾਂ, ਜੀ ਫਰਜ਼ ਕਰੋ ਮੈਂ ਘਰ 'ਚ ਬੈਠਾ, ਕਿਸੇ ਨੂੰ ਕੋਈ ਸ਼ੱਕ ਹੋ ਗਿਆ, ਕੋਈ ਟੀਮ ਆ ਗਈ, ਜਿੱਦਾਂ ANM ਭੈਣ ਜੀ ਆ ਗਈ ਕੋਈ, ਜਾਂ ਕੋਈ ਆਸ਼ਾ ਵਰਕਰ ਆ ਗਈ, ਉਹ ਆ ਗਏ, ਉਹਨਾਂ ਨੇ ਆ ਕੇ ਤੇ ਮੇਰਾ ਹਾਲ ਚਾਲ ਪੁੱਛਿਆ ਕਿ ਹਾਂ ਭਾਈ ਤੂੰ ਲਾਂਭੇ ਆਇਆ, ਕਿਸ ਤਰ੍ਹਾਂ ਤੈਨੂੰ ਕੋਈ ਬੁਖਾਰ ਤੇ ਨਹੀਂ ਹੈਗਾ, ਕੋਈ ਖੰਘ ਤੇ ਨਹੀਂ ਹੈਗੀ, ਕੋਈ ਸਾਹ 'ਚ ਕੋਈ ਦਿੱਕਤ ਤੇ ਨਹੀਂ ਹੈਗੀ। ਜੀ ਉਹ ਚਲੇ ਗਏ ਪੁੱਛ ਕੇ ਤੇ ਪਿੰਡ ਵਾਲਿਆਂ ਨੇ ਕਹਿਤਾ ਕਿ ਮਿੰਟੂ ਦਾ ਤਾਂ ਯਾਰ ਟੈਸਟ ਹੋ ਗਿਆ ਕਰੋਨਾ ਵਾਲਾ, ਜੀ ਪਰ ਉਹ ਟੈਸਟ ਨਹੀਂ ਹੈ, ਉਹ ਅਸਲ ਦੇ ਵਿੱਚ ਸਕਰੀਨਿੰਗ ਹੈ। ਜੀ ਤਾਂ ਟੈਸਟ ਜਿਹੜੇ ਹੋਏ ਆਪਣੇ, ਤੁਹਾਨੂੰ ਪਤਾ ਹੀ ਆ ਕਿ ਇੱਕ ਰੈਪਿਡ ਟੈਸਟ ਇਹਨਾਂ ਨੇ ਸ਼ੁਰੂ ਕੀਤਾ ਸੀ, ਆ ਸਕਰੀਨਿੰਗ ਤਾਂ ਮੈਂ ਦੱਸ ਹੀ ਦਿੱਤਾ ਤੁਹਾਨੂੰ। ਹੁਣ ਰੈਪਿਡ ਟੈਸਟ ਦੀ ਜਿਹੜੀ ਕਹਾਣੀ ਸੀ ਉਹ ਸਭ ਨੂੰ ਪਤਾ ਕਿ ਉਹ ਤਾਂ ਕਿੱਟਾਂ ਹੀ ਜਿਹੜੀਆਂ ਵਿਚਾਰੀਆਂ ਉਹ ਵਾਪਸ ਚਲੇ ਗਈਆਂ। ਕਿਉਂ? ਕਿਉਂਕਿ ਇੰਡੀਆ ਦੇ ਵਿੱਚ ਜਿਹੜੀਆਂ ਕਿੱਟਾਂ ਕੰਮ ਕਰ ਰਹੀਆਂ ਸਨ ਉਹ ਰਾਜਸਥਾਨ ਦੇ ਵਿੱਚ ਜਾ ਕੇ ਬਿਲਕੁਲ ਨੰਗੀਆਂ ਹੋ ਗਈਆਂ। ਉੱਥੇ 170 ਪੋਜ਼ਿਟਿਵ ਮਰੀਜ਼ਾਂ ਤੇ ਇੱਕ ਟੈਸਟ ਕੀਤਾ ਗਿਆ ਜੀ ਜਿਹਦੇ ਚ 95% ਉਹਨਾਂ ਨੇ ਫਾਲਸ ਨੈਗੇਟਿਵ ਰਿਜ਼ਲਟ ਦਿੱਤਾ। ਤਾਂ ਰੈਪਿਡ ਜਦੋਂ, ਕਿੱਟਾਂ ਨੇ, ਹਾਂ ਰੈਪਿਡ ਕਿੱਟਾਂ ਜਿਹੜੀਆਂ ਟੈਸਟ ਕੀਤਾ ਗਿਆ ਉਹਨਾਂ ਨੇ 95% ਫਾਲਸ ਨੈਗੇਟਿਵ ਦਿੱਤਾ। ਤਾਂ ਉਸ ਸਮੇਂ ਫਿਰ ਰੌਲਾ ਪੈ ਗਿਆ ਕਿ ਤੇ ਪੋਜ਼ਿਟਿਵ ਬੰਦਿਆਂ ਨੂੰ ਵੀ ਨੈਗੇਟਿਵ ਦੱਸੀ ਜਾਂਦੀ ਹੈ, ਤਾਂ ਉਹ ਵੀ ਚਲੇ ਗਿਆ। ਹੁਣ ਇਹ ਵੀ ਆਪਾਂ ਨਹੀਂ ਮੰਨ ਸਕਦੇ, ਤਾਂ ਰਹਿ ਗਿਆ PCR ਟੈਸਟ। ਕੀ ਜੀ ਉਹਨਾਂ ਨੇ PCR ਟੈਸਟ ਕਰਵਾਇਆ? ਜੇ ਕਰਵਾਇਆ ਤਾਂ ਬਾਬਾ ਜੀ ਨੂੰ ਫੌਰੀ ਤੌਰ ਤੇ ਰਿਪੋਰਟਾਂ ਜਨਤਕ ਕਰਵਾਉਣੀਆਂ ਚਾਹੀਦੀਆਂ। ਪਰ ਮੇਰਾ ਮੰਨਣਾ ਹੈ ਮੱਕੜ ਸਾਹਿਬ ਕਿ ਇੰਨੀ ਵੱਡੀ ਤਦਾਦ ਦੇ ਵਿੱਚ ਸੰਗਤ ਦਾ ਇਹ ਟੈਸਟ ਨਹੀਂ ਹੋਇਆ ਹੋਏਗਾ। ਸੋ ਸਿਰਫ ਸਕਰੀਨਿੰਗ ਹੋਈ ਹੋ ਸਕਦੀ ਹੈ ਕਿਉਂਕਿ ਮੇਰੀ ਵੀ ਸੰਗਤ ਨਾਲ ਥੋੜੇ ਬਹੁਤ ਲੋਕਾਂ ਨਾਲ ਉੱਥੇ ਗੱਲ ਹੋਈ ਹੈ, ਉਹਨਾਂ ਨੇ ਕਿਹਾ ਕਿ ਸਾਡਾ ਬੁਖਾਰ ਵਗੈਰਾ ਚੈੱਕ ਕੀਤਾ ਗਿਆ ਸਿਰਫ। ਹਾਂ, ਬਸ ਉਹੀ ਚੀਜ਼ਾਂ ਨਾ ਕਿ ਉਹਨਾਂ ਚੀਜ਼ਾਂ ਨੂੰ ਪਰਿਭਾਸ਼ਿਤ ਕਰਨ ਦੇ ਵਿੱਚ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਖਤਾ ਖਾ ਗਏ ਆ। ਤਾਂ ਇਹ ਚੀਜ਼ ਜਿਹੜੀ ਸਾਫ਼ ਹੋ ਜਾਵੇ ਕਿ ਉੱਥੇ ਕੱਲੀ ਸਕਰੀਨਿੰਗ ਹੋਈ ਆ, ਤਾਂ ਫਿਰ ਗੱਲ ਗਾਂ ਤੁਰੇਗੀ। ਤੇ ਜੇ ਉਹਨਾਂ ਨੇ ਟੈਸਟ ਪ੍ਰੋਪਰ ਦੂਜੇ ਕਰਾਏ ਆ PCR ਟੈਸਟ, ਤਾਂ ਫਿਰ ਅਸੀਂ ਆਪਣੀ ਇਸ ਸਰਕਾਰ ਨੂੰ ਘੇਰ ਸਕਦੇ ਹਾਂ। ਕਿਉਂ? ਕਿ ਦੇਖੋ, ਜੇ ਸਰਕਾਰ ਨੇ ਮੰਨ ਲਓ ਹੁਣ ਇਹ ਕਹਿਣਾ ਕਿ ਉਹਨਾਂ ਨੇ ਜੀ ਇਸ ਕੱਲੀ ਸਕਰੀਨਿੰਗ ਕਰਵਾਈ ਸੀ, ਤਾਂ ਇੱਥੇ ਵੀ ਆਪਾਂ ਆਪਦੀ ਸਰਕਾਰ ਨੂੰ ਮੁਕਤ ਨਹੀਂ ਕਰ ਸਕਦੇ, ਬਰੀ ਨਹੀਂ ਕਰ ਸਕਦੇ। ਉਹਦਾ ਕਾਰਨ ਆ ਕਿ ਜਦ ਤੁਹਾਨੂੰ ਪਤਾ ਸੀ ਇਹ ਕੋਈ ਸੰਕਟ ਰਾਤੋ ਰਾਤ ਦਾ ਤੇ ਹੈ ਨਹੀਂ, ਜਦ ਤੁਹਾਨੂੰ ਪਤਾ ਸੀ ਕਿ ਇੰਨੇ ਬੰਦੇ ਇੰਨੇ ਦਿਨ ਤੋਂ ਉੱਥੇ ਰਹਿ ਰਹੇ ਆ, ਜਿੱਥੇ ਇੰਡੀਆ ਦੇ 40-45% ਮਾਮਲੇ ਇਕੱਲੇ ਇੱਕੋ ਰਾਜ 'ਚ ਆ, ਮਹਾਰਾਸ਼ਟਰ 'ਚ। ਤਾਂ ਹੋ ਸਕਦਾ ਕੱਲ ਨੂੰ ਖੁਦਾ ਨਾ ਖਾਸਤਾ ਕੋਈ ਬੰਦਾ ਇੱਧਰ ਵੀ ਹੋਵੇ, ਤਾਂ ਤੁਸੀਂ ਆਪਣੀ ਇੱਕ ਮੈਡੀਕਲ ਟੀਮ ਘੱਲ ਦੇ ਉੱਥੇ, 4 ਦਿਨ 5 ਦਿਨ 10 ਦਿਨ ਪਹਿਲਾਂ ਘੱਲ ਦੇ ਉੱਥੇ, ਜਿਹੜੇ ਬੰਦੇ ਮੈਡੀਕਲ ਫਿੱਟ ਸਨ ਉਹਨਾਂ ਦੇ ਰਿਜ਼ਲਟ ਲੈ ਕੇ ਉਹਨਾਂ ਨੂੰ ਸੂਚੀਬੱਧ ਕਰ ਦੇ, ਜਿਹੜੇ ਬਿਮਾਰ ਸਨ ਜਿਹੜੇ ਪੋਜ਼ਿਟਿਵ ਆ ਜਾਂਦੇ ਉਹਨਾਂ ਨੂੰ ਕਹਿੰਦੇ ਕਿ ਭਾਈ ਅਸੀਂ ਇੱਥੇ ਆਈਸੋਲੇਟ ਕਰਾਂਗੇ, ਤੁਹਾਨੂੰ SGPC ਦੇ ਨਾਲ ਕੋਆਰਡੀਨੇਟ ਕਰਕੇ, ਉੱਥੋਂ ਦਾ ਜਿਹੜਾ ਪ੍ਰਸ਼ਾਸਨ ਸੀਗਾ ਲੋਕਲ ਉਹਨਾਂ ਦੇ ਨਾਲ ਕੋਆਰਡੀਨੇਟ ਕਰਕੇ ਉਹਨਾਂ ਦਾ ਇਲਾਜ ਕਰਵਾ ਲਿਆ ਜਾਂਦਾ, ਤਾਂ ਇਹ ਕਹਾਣੀ ਵਿਗੜਦੀ ਨਾ। ਤਾਂ ਸਵਾਲ ਇੱਥੇ ਇਹ ਵੀ ਰਹੂਗਾ ਕਿ ਜਿਹੜੇ ਤੁਹਾਡੇ ਬੰਦੇ ਗਏ ਲੈਣ, ਤੁਹਾਡਾ ਅਮਲਾ ਫੈਲਾ ਜਿਹੜਾ ਗਿਆ, ਜਿਹੜੇ ਸਾਡੇ ਡਰਾਈਵਰ ਕੰਡਕਟਰ ਹੈਗੇ ਨੇ ਵੀਰ, ਤਾਂ ਕੀ ਉਹ ਇੱਥੋਂ ਟੈਸਟ ਕਰਵਾ ਕੇ ਗਏ ਸਨ? ਕਿਉਂਕਿ ਜਿਹੜੀ ਹੁਣ ਦੇਖੋ ਇਹ ਤਕਰਾਰਬਾਜ਼ੀ ਚੱਲੇਗੀ, ਇਹ ਬਿਲਕੁਲ ਵਿਚਾਰਾਂ ਦੀ ਤਕਰਾਰਬਾਜ਼ੀ ਚੱਲੇਗੀ। ਉਹ ਸੰਗਤ ਕਹਿਣਗੇ ਸੰਗਤ ਇਹ ਦੋਸ਼ ਲਾ ਰਹੀ ਹੈ ਕਿ ਜਿਹੜੇ ਡਰਾਈਵਰ ਆਏ ਉਹ ਪੋਜ਼ਿਟਿਵ ਨੇ, ਸਾਨੂੰ ਤਾਂ ਡਰਾਈਵਰਾਂ ਤੋਂ ਹੋਇਆ ਹੋ ਦੇਖੋ ਸਕਦਾ। ਇਹ ਬਿਲਕੁਲ ਇਹ ਨਵਾਂ ਵਿਵਾਦ ਹੋਏਗਾ ਕਿ ਹੋ ਸਕਦਾ ਉਹ ਹੀ ਲੈ ਕੇ ਆਏ ਹੋਣ ਪੰਜਾਬ 'ਚੋਂ ਕੋਰੋਨਾ। ਤਾਂ ਇੱਥੇ ਇਸ ਵਿਵਾਦ ਨੂੰ ਸਹੇੜਨ ਤੋਂ ਬਚਿਆ ਜਾ ਸਕਦਾ ਸੀਗਾ ਕਿ 2-4 ਦਿਨ ਹੋਰ ਚਲੋ ਲੇਟ ਹੋ ਜਾਂਦੇ। ਵੈਸੇ ਵੀ ਤੁਹਾਨੂੰ ਪਤਾ ਕੇਂਦਰ ਨੇ ਬਾਅਦ 'ਚ ਅਲਾਓ ਕਰ ਦਿੱਤਾ, ਕੇਂਦਰ ਨੇ ਅਲਾਓ ਕਰ ਦਿੱਤਾ ਸੀਗਾ ਕਿ ਜਿਹੜੇ ਫਸੇ ਲੋਕ ਆ ਉਹ ਤੁਸੀਂ ਕੱਢ ਸਕਦੇ ਹੋ। ਤਾਂ ਉੱਥੇ ਫਿਰ ਸੰਜਮ ਰੱਖ ਕੇ ਤੁਸੀਂ ਆਪਦੇ ਚੰਗੀ ਤਰ੍ਹਾਂ ਟੈਸਟ ਕਰਵਾ ਲੈਂਦੇ, ਆਪਣੇ ਬੰਦਿਆਂ ਦੇ ਵੀ ਟੈਸਟ ਕਰਵਾ ਕੇ ਭੇਜਦੇ। ਤਾਂ ਇੱਥੇ ਪੰਜਾਬ ਸਰਕਾਰ ਦੀ ਮੇਰੇ ਖਿਆਲ ਦੇ ਨਾਲ ਹਰ ਮਾਮਲੇ 'ਚ ਨਾ ਅਹਿਲੀਅਤ ਰਹੀ ਆ। ਇਹ ਕਹਿੰਦੇ ਆ ਕਿ ਸਾਡੀ ਕੀਤੀ ਕਰਾਈ ਤੇ ਸੰਗਤ ਨੇ ਪਾਣੀ ਫੇਰਤਾ। ਜੇ ਤੁਹਾਡੀ ਕੀਤੀ ਕਰਾਈ ਤੇ ਤੁਹਾਨੂੰ ਇੰਨਾ ਮਾਣ ਸੀ, ਇੰਨਾ ਯਕੀਨ ਸੀ, ਤਾਂ ਤੁਸੀਂ ਆ ਜਿਹੜੇ ਕਦਮ ਸੀ, ਜਿਹੜੇ ਅਗੇਤੇ ਕਦਮ ਹੁੰਦੇ ਆ, ਅਗਾਊ ਕਦਮ ਹੁੰਦੇ ਆ, ਤੁਸੀਂ ਉਹ ਕਿਉਂ ਨਹੀਂ ਚੁੱਕ ਸਕੇ? ਤੁਸੀਂ ਆਪਣੀ ਕੀਤੀ ਕਰਾਈ ਤੇ ਪਾਣੀ ਦਾ ਮਤਲਬ ਆਪ ਫੇਰਿਆ, ਔਰ ਫੇਰਿਆ ਵੀ ਮੇਰੇ ਗੱਲ ਦੇ ਨਾਲ ਡੋਲੂ ਭਰ ਭਰ ਕੇ ਨਹੀਂ, ਬਾਲਟੀਆਂ ਭਰ ਭਰ ਕੇ ਆ। ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਆਈਆਂ, ਇੱਕ ਇੱਕ ਐਂਬੂਲੈਂਸ ਦੇ ਵਿੱਚ ਲੈਣ ਗਏ ਇੱਕ ਸ਼ਰਧਾਲੂ ਨੂੰ, ਮਰੀਜ਼ ਨੂੰ ਕਹਿ ਸਕਦੇ ਆ, ਹੁਣ ਤਾਂ ਸ਼ਰਧਾਲੂ ਕਹਿਣਾ ਠੀਕ ਨਹੀਂ ਹੋਊਗਾ,
जी जिस तरह दियां बौकर दई जांदा है, जिवें आपां आम संभरदे हां घर नूं, उस तों जी वी वध धूड़ उड रही है ओहदे विचों। की इह इस तरह दियां तैयारियां सीगियां पंजाब सरकार दियां सिहत विभाग दियां? हाँ, वो यही कहिंदे होणे ना कि आ जिहड़ा विच मिट्टी घट्टा सी इहदे ते पाणी फेरता तुसीं, ये रहन देना सीगा। क्योंकि देखो उस एंबूलेंस दे नाल ते मेरे ख्याल दे नाल लंबू जिहड़ी पुरानियां फिल्मां च लई फिरदा हुंदा सी एंबूलेंस गुंडियां नूं लद्दण वास्ते, ओही वधिया होणी आ जिहड़ी ओह एंबूलेंस दिखाई। और उस तों बाद अगली कोताही वेखो इहनां दी, इहनां दे जी सिस्टम दी कोताही वेखो कि तरन तारण दे विच उसे दिन ही, मेरे ख्याल नाल उसे दिन जां अगले दिन होया कि एक मुंडे नूं इहनां ने चक लिया, कहिंदे कि तू कोरोना पॉजिटिव आ गया, ते जी ਉਹਨੂੰ ਉਸੇ ਐਂਬੂਲੈਂਸ 'ਚ ਖੜਿਆ ਗਿਆ ਜਿੱਥੇ ਅੱਗੇ ਕਰੋਨਾ ਪੋਜ਼ਿਟਿਵ ਸੀ ਮਰੀਜ਼, ਫਿਰ ਜੀ ਉਸੇ ਆਈਸੋਲੇਸ਼ਨ ਸੈਂਟਰ 'ਚ ਸੁੱਟ ਦਿੱਤਾ ਜਿੱਥੇ ਪਹਿਲਾਂ ਤੋਂ ਮਰੀਜ਼ ਸਨ, ਤੇ ਹੋਇਆ ਕਿ 3 ਘੰਟੇ ਬਾਅਦ ਦੇ ਭੁਲੇਖਾ ਜਿਹਾ ਲੱਗ ਗਿਆ ਜੀ ਮੁੰਡਾ ਤੇ ਕੋਈ ਹੋਰ ਚੁੱਕਣਾ ਹੈ। ਵੇਖੋ ਕਿੱਡੀ ਸ਼ਰਮਨਾਕ ਗੱਲ ਆ। ਫਿਰ ਇੱਕ ਜਲੰਧਰ ਤੋਂ ਮਰੀਜ਼ ਨੂੰ ਛੁੱਟੀ ਦੇ ਦਿੱਤੀ ਜਾਂਦੀ ਆ ਕਿ ਜੀ ਤੂੰ ਨੈਗੇਟਿਵ ਆ ਗਿਆ, ਉਹਦੇ ਤੇ ਫੁੱਲਾਂ ਦੀ ਵਰਖਾ ਕਰਦੇ ਵਿਚਾਰੇ, ਪਤਾ ਨਹੀਂ ਘਰ ਵਾਲੇ ਕਿੱਥੋਂ ਫੁੱਲ ਫਲ ਲੱਭ ਕੇ ਲਿਆਏ ਹੋਣੇ ਆ ਕਿ ਚਲੋ ਜੀ ਬਚ ਕੇ ਆ ਗਿਆ ਯਾਰ, ਚੰਗੀ ਕਿਸਮਤ ਆ। ਉਹ 3 ਘੰਟੇ ਹਲੇ ਚੰਗੀ ਤਰ੍ਹਾਂ ਨਾਲ ਖੁਸ਼ੀਆਂ ਵੀ ਨਹੀਂ ਸੀ ਮਨਾ ਸਕਿਆ, ਤੇ ਪਿੱਛੇ ਫਿਰ ਚੱਲ ਗਏ ਕਹਿੰਦੇ ਭੁਲੇਖਾ ਪੈ ਗਿਆ ਜੀ ਤੂੰ ਤੇ ਹਲੇ ਪੋਜ਼ਿਟਿਵ ਆ। ਫਿਰ ਇੱਕ ਬੀਬੀ ਤੇ ਇੱਕ ਉਹਦਾ ਬੱਚਾ ਜਿਹੜਾ, ਉਹ ਵੀ ਭੇਤ ਭਰੀ ਹਾਲਤ ਦੇ ਵਿੱਚ ਪੋਜ਼ਿਟਿਵ ਹੋ ਜਾਂਦੇ ਆ। ਸੋ ਇੱਥੇ ਮੁਕਸਰ ਇਹਨਾਂ ਨੇ ਕੀ ਕੀਤਾ, ਹੁਣ ਇਹ ਮਾਰਦੇ ਆ ਤਵੀਆਂ ਤਵੀਆਂ ਮਾਰਦੇ ਆ। ਜਿਹੜੇ ਇੱਥੇ ਆਏ ਬੰਦੇ ਇਹਨਾਂ ਦੇ ਜੀ ਨਾਲ ਆਏ, ਚਲੋ ਜਿਹੜੇ ਚੋਰੀ ਆਏ, ਜਿਹਨੂੰ ਉਹਨੂੰ ਇਹ ਚੋਰੀ ਆਏ ਨੂੰ ਕਹਿੰਦੇ, ਉਹਨਾਂ ਦੀ ਬਾਅਦ 'ਚ ਆਪਾਂ ਗੱਲ ਕਰ ਲਾਂਗੇ। ਜਿਹੜੇ ਇਹਨਾਂ ਦੇ ਨਾਲ ਆਏ, ਪਹਿਲੀ ਗੱਲ ਤੇ ਇਹ ਆ ਕਿ ਮੱਕੜ ਸਾਹਿਬ ਬੰਦੇ ਉੱਥੇ ਇਹਨਾਂ ਨੇ ਕਿਹਾ ਸੀਗਾ ਕਿ ਸੂਚੀਬੱਧ ਕੀਤੇ ਅਸੀਂ 2000, ਅਠਾਰਾਂ ਜੀ ਸੌ 2000 ਬੰਦਾ ਆਇਆ, 2600 2700, ਇਹਦਾ ਮਤਲਬ ਹੈ ਕਿ ਆਸੋ ਪਾਸੋ ਬੰਦੇ ਆ ਗਏ ਆ। ਤਾਂ ਤੁਸੀਂ ਉਹਨਾਂ ਨੂੰ ਰੋਕਣ ਵਾਸਤੇ ਕੀ ਕੀਤਾ? ਇਹਦੀ ਇੱਕ ਪ੍ਰਤੱਖ ਉਦਾਹਰਣ ਹੋਰ ਵੀ ਆ ਕਿ ਦੋ ਬੰਦੇ ਹਰਿਆਣੇ ਦੇ, ਉਹ ਬਠਿੰਡੇ ਦਾ ਕਹਿ ਕੇ ਵਿੱਚ ਆਏ ਆ, ਤੇ ਉਹਨਾਂ ਨੇ ਜਾ ਕੇ ਡੱਬ ਵਾਲੀ ਮੰਡੀ ਦੇ ਵਿੱਚ ਵੀ ਲਾਗ ਫਲਾ ਦਿੱਤੀ। ਤਾਂ ਔਰ ਉਹ ਇਹ ਉੱਥੇ ਉਤਰ ਗਏ? ਹਾਂ ਬਿਲਕੁਲ, ਉਹ ਉੱਥੇ ਉਤਰ ਗਏ ਹੋਣੇ ਜਾਂ ਇੱਥੋਂ ਬਠਿੰਡੇ ਜਾ ਕੇ ਨਿਕਲ ਗਏ ਹੋਣੇ। ਸੋ ਕਹਿਣ ਦਾ ਮਤਲਬ ਆ ਕਿ ਇਹਨਾਂ ਨੇ ਉੱਥੇ ਕੋਈ ਚੱਜ ਨਾਲ ਵੇਖਿਆ ਨਹੀਂ ਗਾ ਕਿ ਕਿਹੜਾ ਸ਼ਰਧਾਲੂ ਆ, ਕਿਹੜਾ ਕੋਈ ਲਾਂਭਿਓ ਆ ਕੇ ਰਲ ਕੋਈ ਰਿਹਾ। ਔਰ ਲਿਸਟਾਂ ਤਿਆਰ ਹੋਈਆਂ ਨਹੀਂ ਲੱਗਦੀਆਂ ਕੋਈ ਪ੍ਰੋਪਰ, ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਇਹ ਤਾਂ ਇਹ ਹੋ ਗਿਆ ਕਿ ਬੱਸ ਚੱਲੀ ਹੈ, ਜਿਹਨੇ ਬਹਿਣਾ ਬਹਿ ਜਾਓ ਆ ਕੇ। ਬਾ ਖੁੱਲਾ ਸੱਦਾ ਹੀ ਆ, ਜਿੱਦਾਂ ਹੋਕਰਾ ਮਾਰਦੇ ਹੁੰਦੇ ਆ ਕੰਡਕਟਰ ਕਿ ਆਜੋ ਆਜੋ ਮੋਗਾ ਮੁਕਸਰ ਫਲਾਣ ਜਿੱਦਾਂ ਜਿੱਦਾਂ ਨੂੰ ਜਾਣੀ ਆ ਤੇ ਆਜੋ ਆਜੋ। ਉਹ ਤਾਂ ਉਹਨਾਂ ਸਵਾਰੀਆਂ ਨੂੰ ਵੀ ਬਿਠਾ ਦਿੰਦੇ ਜਿੱਧਰ ਨੂੰ ਬੱਸ ਜਾਣੀ ਨਹੀਂ ਹੁੰਦੀ, ਕਿ ਰਾਹ 'ਚ ਫੇਰ ਕ੍ਰਾਸ ਦੇ ਦੇਵਾਂਗੇ ਕਿਸੇ ਬੱਸ ਨੂੰ। ਸੋ ਗੱਲ ਇਹ ਆ ਕਿ ਜਿਹੜੇ ਤੁਹਾਡੇ ਨਾਲ ਆਏ ਉਹ ਜਦੋਂ ਆ ਗਏ, ਔਰ ਇਹਦੇ ਤੇ ਵੀ ਇੱਕ ਸਵਾਲ ਉੱਠਦਾ ਕਿ ਸਰਕਾਰ ਆਪ ਹੀ ਕਹਿੰਦੀ ਹੈ ਕਿ ਏਸੀ ਨਹੀਂ ਲਾ ਕੇ ਦੇਣਾ ਸੀ ਆਈਸੋਲੇਸ਼ਨ ਸੈਂਟਰ 'ਚ, ਕਿਉਂਕਿ ਏਸੀ ਦੀ ਜਿਹੜੀ ਹਵਾ ਉਹ ਸਰਕੂਲੇਟ ਹੁੰਦੀ ਆ, ਉਹਦੇ ਨਾਲ ਮਾਰ ਵੱਧਦੀ ਹੈ ਕਰੋਨਾ ਦੀ। ਆਪ ਇਹਨਾਂ ਨੇ ਵੋਲਵੋ ਬੱਸਾਂ ਘੱਲੀਆਂ, ਏਸੀ ਦਾ ਟੈਂਪਰੇਚਰ ਦੱਸਦੇ 1-25 ਸੀਗਾ, ਕੁਛ ਜਿਹੜੇ ਵਰਸ਼ਨ ਆਏ ਅਖਬਾਰਾਂ ਦੇ ਵਿੱਚ। ਇਹ ਹੈਰਾਨਗੀ ਵਾਲੀ ਗੱਲ ਹੈ ਕਿ ਸਰਕਾਰ ਆਪਣੇ ਮਾਪਦੰਡਾਂ ਤੇ ਆਪ ਹੀ ਖਰੀ ਨਹੀਂ ਉਤਰਦੀ ਪਈ। ਔਰ ਦੂਜੀ ਗੱਲ ਆ, ਜਦੋਂ ਬੰਦੇ ਆ ਗਏ ਉਹਨਾਂ ਦਾ ਕੀ ਕੀਤਾ? ਇਹਨਾਂ ਨੇ ਕੁਆਰੰਟਾਈਨ ਕਰਨ ਦੀ ਥਾਂ ਤੇ ਘਰਾਂ 'ਚ ਘੱਲ ਦਿੱਤੇ। ਜੀ ਮੁਕਤਸਰ ਦੇ ਵਿੱਚ ਇੱਕ ਜੋੜੇ ਨੂੰ ਇਹਨਾਂ ਨੇ ਘਰੇ ਘੱਲ ਦਿੱਤਾ, ਉਹਨੇ ਤਾਂ ਇਹਨਾਂ ਦਾ ਆਖਾ ਮੰਨਿਆ, ਉਹ ਤੇ ਚੋਰੀ ਕੋਈ ਨਹੀਂ ਕਰਕੇ ਗਏ। ਫਿਰ ਉਹਨਾਂ ਨੂੰ 48 ਘੰਟਿਆਂ ਬਾਅਦ ਚੁੱਕ ਲਿਆ, ਕਹਿੰਦੇ ਕਿ ਤੁਸੀਂ ਆ ਜਾਓ, ਤੁਸੀਂ ਤੇ ਪੋਜ਼ਿਟਿਵ ਆ ਦੋਵੇਂ ਜੀ। ਹੁਣ ਉਹ ਗਏ ਹੋਣੇ ਆ, ਉਹਨਾਂ ਨੇ ਜਾ ਕੇ ਟੱਬਰ ਨੂੰ ਜੱਫੀ ਵੀ ਪਾਈ ਹੋਣੀ ਆ, ਮੱਥਾ ਵੀ ਚੁੰਮਿਆ ਹੋਣਾ ਜਵਾਕਾਂ ਦਾ, ਗੁਆਂਢੀਆਂ ਨੂੰ ਵੀ ਮਿਲੇ ਗਿਲੇ ਹੋਣੇ ਆ। ਤਦ ਤੱਕ ਤੇ ਬਹੁਤ ਦੇਰ ਹੋ ਚੁੱਕੀ ਹੈ। ਤਾਂ ਉਹਦੇ ਵਾਸਤੇ ਹੁਣ ਤੁਸੀਂ ਕਹਿ ਦਿਓ ਕਿ ਹਜ਼ੂਰ ਸਾਹਿਬ 'ਚ ਬੈਠੀ ਸੰਗਤ ਜ਼ਿੰਮੇਵਾਰ ਆ, ਜ਼ਿੰਮੇਵਾਰ ਤਾਂ ਤੁਸੀਂ ਹੋ। ਫਿਰ ਜਿਹੜੇ ਬੰਦੇ ਤੁਸੀਂ ਕੁਆਰੰਟਾਈਨ ਕਰ ਰਹੇ ਹੋ ਉਹਨਾਂ ਨੂੰ ਜੀ ਗੰਦ ਮੰਦ 'ਚ ਸੁੱਟ ਰਹੇ ਹੋ, ਉਹ ਵੀਡੀਓ ਆ ਰਹੀਆਂ ਨੇ, ਫਿਰ ਤੁਸੀਂ ਖਾਲਸਾ ਦੀ ਆਡੀਓ ਵੇਖੀ ਆ, ਫਿਰ ਤੁਸੀਂ ਪਟਲਾਵਾ ਵਾਲੇ ਮਾਮਲੇ 'ਚ ਵੇਖਿਆ ਕਿ ਬਲਦੇਵ ਸਿੰਘ ਖੁਦ ਹਸਪਤਾਲ 'ਚ ਗਿਆ ਸੀ, ਇਹਨਾਂ ਨੇ ਨਲਾਇਕੀ ਕੀਤੀ। ਫਿਰ ਇੱਕ ਬੀਬੀ ਜਿਹੜੀ NRI ਆ ਉਹ ਗੁਰੂ ਨਾਨਕ ਹਸਪਤਾਲ 'ਚੋਂ ਸ਼ਾਇਦ ਵੀਡੀਓ ਜਾਰੀ ਕਰਦੀ ਆ। ਫਿਰ ਉਸ ਤੋਂ ਇਲਾਵਾ ਕੱਲ ਇੱਕ ਡਾਕਟਰਨੀ ਜਿਹੜੀ ਬੀਬੀ ਆ ਉਹ ਬੇਹੋਸ਼ ਹੋ ਜਾਂਦੀ ਆ ਜੀ ਕਿਉਂਕਿ ਸਾਜੋ ਸਮਾਨ ਠੀਕ ਨਹੀਂ ਹੈ। ਤਾਂ ਜਦੋਂ ਇਹੋ ਜਿਹੇ ਤੁਹਾਡੇ ਕੋਲ ਡਰਾਵਣੇ ਐਗਜ਼ਾਮਪਲ ਨੇ, ਤਾਂ ਲੋਕ ਤੇ ਡਰ ਕੇ ਫਿਰ ਮਹਾਰਾਜ ਦੇ ਜਿੱਦਾਂ ਹੈਗੇ ਆ ਕਿ ਲੁਕ ਛਿਪ ਕੇ ਰਹਿਣਗੇ ਕਿ ਸਾਨੂੰ ਜੇ ਕਰੋਨਾ ਨਹੀਂ ਵੀ ਹੈਗਾ ਉੱਥੇ ਲਿਜਾ ਕੇ ਮਾਰ ਦੇਣਗੇ। ਤਾਂ ਤੁਸੀਂ ਆਪਣੇ ਪ੍ਰਬੰਧ ਨੂੰ ਕਿਸ ਤਰ੍ਹਾਂ ਦਾ ਕੀਤਾ? ਹੁਣ ਆ ਜਿਹੜੀਆਂ ਚੀਜ਼ਾਂ ਮੈਂ ਦੱਸ ਰਿਹਾ ਕਿ ਜਿਹੜੇ ਬੰਦੇ ਹੈ ਹੀ ਨੈਗੇਟਿਵ ਹੈ, ਤੁਸੀਂ ਉਹਨਾਂ ਨੂੰ ਚੱਕ ਕੇ ਪੋਜ਼ਿਟਿਵ ਕਰਕੇ ਇਕਰਾਰ ਕਰਕੇ ਲੈ ਜਾਂਦੇ ਹੋ, ਔਰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉਹ ਤਾਂ ਅਸਲ ਦੇ ਵਿੱਚ ਨੈਗੇਟਿਵ ਨੇ, ਤਾਂ ਇਹਦੇ ਵਾਸਤੇ ਤਾਂ ਤੁਸੀਂ ਨਹੀਂ ਦੋਸ਼ ਦੇ ਸਕਦੇ। ਤੁਹਾਡੇ ਪ੍ਰਬੰਧਾਂ 'ਚ ਜਿਹੜੀਆਂ ਕਮੀਆਂ ਹੁਣ ਉਹ ਲੁਕਾਉਣ ਵਾਸਤੇ ਤੁਸੀਂ ਇਹਦੀ ਕਰ ਰਹੇ ਹੋ ਰਿਲੀਜੀਅਸ ਪ੍ਰੋਫਾਈਲਿੰਗ, ਬਿਲਕੁਲ ਰਿਲੀਜੀਅਸ ਬਿਲਕੁਲ ਪ੍ਰੋਫਾਈਲਿੰਗ ਹੋ ਰਹੀ ਹੈ ਸਿਰਫ ਆਪਣੇ ਆਪ ਨੂੰ ਬਚਾਉਣ ਵਾਸਤੇ। ਔਰ ਬਦਕਿਸਮਤੀ ਹੈ ਸਿਮਰਨਜੋਤ ਸਿੰਘ ਜੀ ਕਿ ਸਾਡੇ ਲੋਕ ਇਸ ਮਾਮਲੇ 'ਚ ਉਲਝ ਜਾਂਦੇ ਆ, ਔਰ ਇਹ ਉਲਝਣ ਜਿਹੜੀ ਹੈ ਐਸੀ ਉਲਝਣ ਆ ਕਿ ਇਹਦਾ ਨੁਕਸਾਨ ਜੇ ਓਵਰਆਲ ਵੇਖੋਗੇ ਪੂਰੇ ਦੇਸ਼ ਨੂੰ ਹੁੰਦਾ ਹੈ। ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਵੀ ਲੋਕਾਂ ਦੇ ਵਿੱਚ ਆਪਸੀ ਖਟਾਸ, ਆਪਸੀ ਕੁੜੱਤਣ ਦੇਖਣ ਨੂੰ ਮਿਲ ਰਹੀ ਹੈ, ਸਰਕਾਰਾਂ ਮੈਨੂੰ ਲੱਗਦਾ ਹੈ ਚਾਹੁੰਦੀਆਂ ਹੈ ਕਿ ਇਸ ਤਰ੍ਹਾਂ ਹੁੰਦਾ ਰਹੇ। ਹਾਂ ਬਿਲਕੁਲ, ਸਰਕਾਰਾਂ ਨੂੰ ਇਹ ਨਾ ਕਿ ਦੇਖੋ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਵੇਖੋ ਕਿ ਆ ਜਿਹੜੇ ਸਵਾਲ ਹੋਣੇ ਚਾਹੀਦੇ ਆ, ਅਸੀਂ ਇਕਮੁੱਠ ਹੋ ਕੇ ਹਿੰਦੂ ਸਿੱਖ ਮੁਸਲਿਮ ਈਸਾਈ ਉਹ ਸਾਰੇ ਇਕੱਠੇ ਹੋ ਕੇ ਨਹੀਂ ਕਰ ਪਾ ਰਹੇ, ਤਾਂ ਉਹਦਾ ਫਾਇਦਾ ਪੱਕੇ ਤੌਰ ਤੇ ਸਰਕਾਰਾਂ ਨੂੰ ਹੁੰਦਾ। ਔਰ ਸਰਕਾਰਾਂ ਇਹੀ ਤੇ ਕਰਦੀਆਂ ਨੇ ਨਾ, ਦੰਗੇ ਕਾਹਦੇ ਲਈ ਹੁੰਦੇ ਆ, ਦੰਗੇ ਜੀ ਕਾਹਦੇ ਲਈ ਹੁੰਦੇ ਆ, ਪੋਲੋਰਾਈਜੇਸ਼ਨ ਕਾਹਦੇ ਲਈ ਹੁੰਦੀ ਆ।
ਉਹ ਤੇ ਸਿਆਸੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਹੁਣ ਮਾਨਤਾ ਪ੍ਰਾਪਤ ਸ਼ਬਦ ਬਣ ਗਏ ਆ, ਪੋਲਰਾਈਜੇਸ਼ਨ ਵਰਗੇ ਸ਼ਬਦ, ਕਤਾਰਬੰਦੀ, ਲਾਮਬੰਦੀ, ਇਹ ਸਾਰਾ ਕੁਝ ਤੇ ਗੋਲਬੰਦੀ ਹੈ, ਤੇ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਹੁਣ ਆਪਦੇ ਲਈ ਐ ਰਿਜ਼ਰਵ ਕਰ ਲਿਆ ਇਹ ਸ਼ਬਦ। ਪਰ ਤਾਂ ਤੁਹਾਨੂੰ ਨਹੀਂ ਤੁਸੀਂ ਲੱਗਦਾ ਮਿੰਟੂ ਜੀ, ਤੁਹਾਨੂੰ ਨਹੀਂ ਲੱਗਦਾ, ਤੁਹਾਨੂੰ ਟੋਕ ਰਿਹਾ ਮੈਂ ਇੱਥੇ, ਜੀ ਸਵਾਲ ਕੋਈ ਗੱਲ ਇੰਪੋਰਟੈਂਟ ਹੈ, ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਹਰਜੀਤ ਸਿੰਘ ਨੂੰ ਓਵਰ ਸੈਲੀਬ੍ਰੇਟ ਕਰਨ 'ਚ ਬਿਜ਼ੀ ਰਹੀ ਹੈ? ਠੀਕ ਹੈ, ਅਸੀਂ ਨਹੀਂ ਕਹਿੰਦੇ ਕਿ ਹਰਜੀਤ ਸਿੰਘ ਦੀ ਕੋਈ ਕੁਰਬਾਨੀ ਥੋੜੀ ਹੈ ਜਾਂ ਉਹ ਡਟ ਕੇ ਲੜਿਆ ਨਹੀਂ, ਅਸੀਂ ਵੀ ਸਲਾਮ ਕਰਦੇ ਹਾਂ ਜੋ ਘਟਨਾ ਪਟਿਆਲਾ ਦੇ ਵਿੱਚ ਹੋਈ ਹੈ, ਪਰ ਉਸ ਤੋਂ ਬਾਅਦ ਲਗਾਤਾਰ ਸਿਹਤ ਸਹੂਲਤਾਂ ਔਰ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਬਜਾਏ ਹਰ ਰੋਜ਼ ਕਦੇ ਮੈਂ ਹਰਜੀਤ ਸਿੰਘ ਆ, ਕਦੇ ਉਹ ਘਰ ਜਾ ਰਿਹਾ ਤਾਂ ਉਹਦੀਆਂ ਤਸਵੀਰਾਂ ਆ ਰਹੀਆਂ, ਕਦੇ ਸੀਐਮ ਸਾਹਿਬ ਗੱਲ ਕਰ ਰਹੇ ਆ ਆਮ ਬੰਦੇ ਨਾਲ, ਇਸ ਤਰ੍ਹਾਂ ਕਿੰਨੇ ਕੁ ਵਾਰੀ ਵਰਤਾਰਾ ਦੇਖਿਆ ਸੀ ਕਿ ਇਹਨਾਂ ਓਵਰ ਸੈਲੀਬ੍ਰੇਟ ਕੀਤਾ ਹੋਵੇ? ਹਾਂ ਬਿਲਕੁਲ ਤੁਹਾਡੀ ਗੱਲ ਸਹੀ ਆ। ਜਿਹੜੇ ਹੁਣ ਡਾਕਟਰ ਨੇ ਜਾਂ ਜਿਹੜਾ ਆਮ ਪੁਲਿਸ ਵਾਲਾ ਡਿਊਟੀ ਕਰਦਾ, ਉਹ ਵੀ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਵਾਰੀਅਰ ਹੀ ਆ ਨਾ। ਜੀ ਜਿਹੜਾ ਡਾਕਟਰ ਆ ਤੇ ਜਾ ਕੇ ਆਪਣੇ ਬੱਚੇ ਨਾਲ ਸੌਂ ਵੀ ਨਹੀਂ ਸਕਦਾ ਰਾਤ ਨੂੰ, ਜੀ ਉਹ ਵੀ ਵਾਰੀਅਰ ਆ। ਇੱਕ ਬੰਦੇ ਨੂੰ ਤੁਸੀਂ ਹਾਂ ਠੀਕ ਹੈ ਚਲੋ ਠੀਕ ਹੈ ਉਹਦਾ ਮਾਣ ਸਤਿਕਾਰ ਤੁਸੀਂ ਕਰ ਦਿੱਤਾ, ਪਰ ਉਹਨੂੰ ਇਸ ਤਰ੍ਹਾਂ ਬਣਾਤਾ ਜਿਸ ਤਰ੍ਹਾਂ ਜਿੱਦਾਂ ਕਹਿ ਲਈਏ ਕਿ ਬਹੁਤ ਜ਼ਿਆਦਾ ਇੱਕ ਰੌਲਾ ਖੜਾ ਕਰ ਦਿੱਤਾ। ਕਿਉਂਕਿ ਇੱਥੇ ਵੀ ਤੁਸੀਂ ਵੇਖੋਗੇ ਵੰਡ ਪੈ ਗਈ, ਵੰਡ ਪੈ ਗਈ, ਕੁਛ ਲੋਕ ਉੱਥੇ ਮੈਂ ਨਿਹੰਗਾ ਜਾਂ ਕੁਛ ਹੋਰ ਟ੍ਰੈਂਡ ਕਰਾ ਰਹੇ ਸੀਗੇ, ਤਾਂ ਉੱਥੇ ਵੀ ਲੋਕ ਵੰਡੇ ਗਏ। ਔਰ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਅਸਲ ਮੁੱਦੇ ਇਹਨਾਂ ਲੜਾਈਆਂ ਦੇ ਵਿੱਚ ਗੁਆਚ ਜਾਂਦੇ ਆ। ਸਾਨੂੰ ਸਵਾਲ ਤੇ ਕਰਨਾ ਚਾਹੀਦਾ, ਹੁਣ ਤੁਸੀਂ ਦੇਖੋ ਸਾਡੇ ਇੱਥੇ ਪੰਜਾਬ ਦੇ ਵਿੱਚ ਵੈਂਟੀਲੇਟਰ ਝੁੱਗੇ ਚੋਂ 110 ਆ ਜੀ, ਔਰ ਤਮਿਲਨਾਡੂ ਦੇ ਵਿੱਚ 2916 ਆ ਇਸ ਟਾਈਮ ਜੀ। ਕੀ ਅਸੀਂ ਸਵਾਲ ਕਰਾਂਗੇ ਕਿ ਤਮਿਲਨਾਡੂ ਕੋਲ ਐਸੀ ਕਿਹੜੀ ਕਸਤੂਰੀ ਆ ਭਾਈ ਜਿਹੜੇ ਉਹ ਸਾਡੇ ਨਾਲੋਂ ਅੱਗੇ ਲੰਘੇ ਪਏ ਆ? ਅਸੀਂ ਤੇ ਬਹੁਤ ਜ਼ਰਖੇਜ਼ ਭੂਮੀ ਦੇ ਮਾਲਕ ਆ ਹੈ। ਸਾਡੇ ਕੋਲ ਇੱਥੇ ICU ਬੈੱਡਾਂ ਦੀ ਕਮੀ ਆ, ਸਾਡੇ ਕੋਲ ਇੱਥੇ ਕਾਉਂਸਲਰਾਂ ਦੀ ਕਮੀ ਆ, ਸਾਡੇ ਕੋਲ ਇੱਥੇ ਡਾਕਟਰਾਂ ਦੀਆਂ, ਤੁਹਾਨੂੰ ਪਤਾ ਜਿਹੜੀਆਂ ਅਸਾਮੀਆਂ 1981 ਚ ਸਨ 4400 ਉਹੀ ਨੇ ਅੱਜ ਵੀ, ਤੇ ਉਹ ਵੀ ਅੱਜ ਘੱਟ ਨੇ। ਉਦੋਂ ਸਾਡੀ ਵਸੋਂ 1,67,00,000 ਸੀ, ਅੱਜ ਅਸੀਂ 3 ਕਰੋੜ ਦੇ ਕਰੀਬ ਆ। ਅਸਾਮੀਆਂ ਵਧਣੀਆਂ ਚਾਹੀਦੀਆਂ ਸੀ, ਸਾਡੀਆਂ ਘੱਟ ਰਹੀਆਂ ਨੇ, ਅਸੀਂ ਉਹ ਅਸਾਮੀਆਂ ਵੀ ਪੂਰੀਆਂ ਨਹੀਂ ਕਰਕੇ ਰੱਖ ਪਾ ਰਹੇ। ਤਾਂ ਉਹਨਾਂ ਗੱਲਾਂ ਤੇ ਚਰਚਾ ਹੋਣ ਦੀ ਥਾਂ ਤੇ ਹੋ ਰਹੀ ਹੈ ਚਰਚਾ ਇਹਨਾਂ ਚੀਜ਼ਾਂ ਤੇ। ਔਰ ਇਹ ਬਿਲਕੁਲ ਸਹੀ ਗੱਲ ਹੈ, ਤੁਹਾਡਾ ਵਾਜਬ ਸਵਾਲ ਆ ਕਿ ਇਹ ਸਿਆਸਤ ਨੂੰ ਫਾਇਦਾ ਪਹੁੰਚਦਾ ਇਹਨਾਂ ਚੀਜ਼ਾਂ ਨਾਲ, ਔਰ ਨੁਕਸਾਨ ਦੇਸ਼ ਨੂੰ ਹੁੰਦਾ, ਦੇਸ਼ ਨੂੰ ਕਿਸ ਤਰ੍ਹਾਂ ਹੋ ਰਿਹਾ? ਆ ਪਿੱਛੇ ਤੁਸੀਂ ਦੇਖਿਆ ਹੋਣਾ ਕੁਛ ਜ਼ਾਲਾ ਨੇ ਤਬਲੀਗੀਆਂ ਨੂੰ ਲੈ ਲਿਆ ਆਪਦੀ ਹਿੱਟ ਲਿਸਟ ਤੇ, ਤਾਂ ਉਸ ਤੋਂ ਬਾਅਦ ਚੁਣ ਚੁਣ ਕੇ ਨਿਸ਼ਾਨਾ ਬਣਾਇਆ, ਸਿੱਟਾ ਕੀ ਨਿਕਲਿਆ? ਉਹ ਫਿਰ ਇਸਲਾਮ ਫੋਬੀਆ ਇੱਕ ਮੁੱਦਾ ਉੱਠ ਪਿਆ। ਖਾੜੀ ਦੇਸ਼ਾਂ ਦੇ ਵਿੱਚ ਕੁਛ ਇਹਨਾਂ ਦੇ ਹੋਰ ਅੰਨੇ ਭਗਤ ਬੈਠੇ ਸੀ, ਇਹੀ ਕੰਮ ਉਹਨਾਂ ਨੇ ਉੱਥੇ ਸ਼ੁਰੂ ਕਰ ਦਿੱਤਾ। ਫਿਰ ਉਹ ਜਿਹੜੇ ਸ਼ਾਹੀ ਘਰਾਣੇ ਸੀ ਖਾੜੀ ਦੇਸ਼ਾਂ ਦੇ, ਉਹ ਅੱਗੇ ਆ ਗਏ ਵਿਰੋਧ ਦੇ ਵਿੱਚ। ਉਹ ਮੁਸਲਿਮ ਦੇਸ਼ ਸੀਗੇ ਜਿਹੜੇ, ਉਹ ਯੂਨਾਈਟ ਹੋ ਕੇ ਇਹਨਾਂ ਦਾ ਵਿਰੋਧ ਕਰਨ ਲੱਗ ਪਏ। ਉੱਥੇ ਜੌਬਾਂ ਵੀ ਗਈਆਂ, ਉਹਨਾਂ ਨੇ ਆਖਿਆ ਅਸੀਂ ਸਾਰੇ ਕੱਢ ਕੇ ਪਰੇ ਮਾਰਾਂਗੇ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਖੁਦ ਸਫਾਈ ਦੇਣੀ ਪੈਂਦੀ ਆ। ਉਸ ਤੋਂ ਬਾਅਦ ਜਿਹੜਾ ਸਾਡਾ ਵਿਦੇਸ਼ ਮੰਤਰੀ ਆ, ਉਹ ਲੱਲੇ ਭੱਬੇ ਮਾਰਦਾ ਫੋਨ ਕਰ ਕਰਕੇ, ਵੱਖ ਵੱਖ ਦੇਸ਼ਾਂ ਦੇ ਜਿਹੜੇ ਸਫਾਰਤਖਾਨੇ ਦੇ ਲੋਕ ਆ, ਅਧਿਕਾਰੀ ਆ, ਉਹਨਾਂ ਨੂੰ ਸਫਾਈਆਂ ਦਿੰਦਾ, ਤਾਂ ਉਹਦਾ ਸਿੱਟਾ ਕੀ ਨਿਕਲਿਆ? ਇਸਲਾਮ ਫੋਬੀਆ ਦੇ ਵਿੱਚ ਨੁਕਸਾਨ ਕਿਹਦਾ ਹੋਇਆ ਕਿ ਤੁਸੀਂ ਕਰ ਰਹੇ ਹੋ? ਹੁਣ ਇੱਕ ਚੀਜ਼ ਹੋਰ ਦੇਖੋ, ਯੂਨਾਈਟਿਡ ਸਟੇਟ ਦਾ ਇੱਕ ਕਮਿਸ਼ਨ ਹੈ, ਉਹਦੇ 'ਚ ਰਿਪਬਲਿਕਨ ਵੀ ਹੁੰਦੇ ਆ, ਉਹਦੇ 'ਚ ਦੂਸਰੀਆਂ ਧਿਰਾਂ ਵੀ ਹੁੰਦੀਆਂ, ਜੋ ਵੀ ਉੱਥੇ ਸਿਆਸੀ ਤੌਰ ਤੇ ਜਿਹੜੀਆਂ ਚੋਣ ਲੜਦੀਆਂ, ਮੇਰੇ ਖਿਆਲ ਦੇ ਨਾਲ 2 ਧਿਰਾਂ ਨੇ। ਹੁਣ ਉੱਥੇ ਕੀ ਆ ਕਿ ਉਸ ਕਮਿਸ਼ਨ ਨੇ ਜਿਹੜਾ ਕੌਮਾਂਤਰੀ ਪੱਧਰ ਤੇ ਰਿਲੀਜੀਅਸ ਫਰੀਡਮ ਦੇਖਦਾ, ਧਾਰਮਿਕ ਆਜ਼ਾਦੀ ਦੇਖਦਾ, ਉਹਨਾਂ ਇਹਨਾਂ ਨੂੰ CPC ਚ ਪਾਤਾ। CPC ਤੋਂ ਭਾਵ ਕੀ ਹੈ ਸਿਮਰਨਜੋਤ, ਕਿ ਇਹਨਾਂ ਦੇਸ਼ਾਂ ਤੇ ਜਿਹੜੇ CPC ਦੇ ਵਿੱਚ ਆ, ਉਹਨਾਂ ਤੇ ਸੈਂਕਸ਼ਨ ਲੱਗ ਸਕਦੇ ਆ। ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕਿਹਾ ਕਿ 370 ਦੇ ਮਾਮਲੇ 'ਚ ਇਹਨਾਂ ਨੇ ਧੱਕਾ ਕੀਤਾ ਘੱਟ ਗਿਣਤੀਆਂ ਨਾਲ, ਦਿੱਲੀ ਦੰਗੇ ਜਿਹੜੇ ਸੀ ਉਹਦੇ 'ਚ ਸਰਕਾਰ ਫੇਲ ਰਹੀ, ਮੀਡੀਆ ਜਿਹੜਾ ਉਹ ਘੱਟ ਗਿਣਤੀਆਂ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਵਿਰੋਧ ਕਰਦਾ ਪਿਆ, ਪੱਖ 'ਚ ਨਹੀਂ ਜਾ ਰਿਹਾ, ਘੱਟ ਗਿਣਤੀਆਂ ਦਾ ਪੱਖ ਸੁਣਨ ਦੀ ਥਾਂ ਤੇ ਉੱਥੇ ਗਊ ਰੱਖਿਆ ਦੇ ਨਾਂ ਤੇ ਅਤਿਆਚਾਰ ਹੋ ਰਹੇ ਆ। ਮਤਲਬ ਕਿ ਇੰਨੇ ਉਹਨਾਂ ਨੇ ਕਾਰਕ ਗਿਣਾ ਦਿੱਤੇ, ਇਹਨਾਂ ਨੂੰ CPC ਚ ਪਾ ਦਿੱਤਾ। ਹੁਣ ਇਹਨਾਂ ਦਾ ਚਲੋ ਯਾਰ ਹੈਗਾ ਹਾਲ ਦੀ ਘੜੀ ਤੇ ਡੋਨਲਡ ਟਰੰਪ, ਪਰ ਖੁਦਾ ਨਾ ਖਾਸਤਾ ਜੇ ਉੱਥੇ ਇਸ ਸਾਲ ਦੇ ਇਲੈਕਸ਼ਨ ਦੇ ਵਿੱਚ ਕੋਈ ਹੋਰ ਆ ਗਿਆ ਪ੍ਰੈਜੀਡੈਂਟ, ਤਾਂ ਉਹ ਜਿਹੜਾ ਕਮਿਸ਼ਨ ਆ ਉਹ ਅੱਗੇ ਸਿਫਾਰਿਸ਼ ਕਰ ਦਿੰਦਾ ਕਾਂਗਰਸ ਨੂੰ, ਉਹਦੇ ਤੇ ਪ੍ਰੈਜੀਡੈਂਟ ਤੇ ਕਾਂਗਰਸ ਜਿਹੜੀ ਆ ਉਹ ਇੱਕ ਬਹੁਤ ਵੱਡਾ ਕਦਮ ਚੁੱਕ ਸਕਦੀ ਆ। ਸਾਨੂੰ ਨਾਰਥ ਕੋਰੀਆ ਵਾਲੀ ਲਿਸਟ 'ਚ ਪਾਇਆ ਗਿਆ ਇਹਨਾਂ ਚੀਜ਼ਾਂ ਕਰਕੇ, ਨਾ ਹਰਕਤਾਂ ਕਰਕੇ, ਤੇ ਖੁਦਾ ਨਾ ਖਾਸਤਾ ਕੱਲ ਨੂੰ ਸੈਂਕਸ਼ਨ ਲੱਗ ਗਏ ਫਿਰ ਕਿੱਧਰ ਨੂੰ ਜਾਓਗੇ? ਤਾਂ ਇਹ ਰਿਲੀਜੀਅਸ ਪ੍ਰੋਫਾਈਲਿੰਗ ਜਿਹੜੀ ਸਿਆਸਤ ਤੋਂ ਸ਼ੁਰੂ ਹੁੰਦੀ ਆ, ਇਹ ਘਟੀਆ ਸਿਆਸਤਦਾਨ ਜਿਹੜਾ, ਇੱਕ ਦੇਖੋ ਇਹ ਸਿਆਸਤਦਾਨਾਂ ਨੂੰ ਕੰਮ ਛੱਡਣਾ ਚਾਹੀਦਾ ਜੇ ਇਹ ਨਾ ਹੋਣ। ਹੁਣ ਦੇਖੋ ਸਾਡਾ ਚੀਫ ਮਿਨਿਸਟਰ ਜਦੋਂ ਬੋਲਦਾ ਉਹ ਤਬਲੀਗੀਆਂ ਦਾ ਅੰਕੜਾ ਜਿਹੜਾ ਉਹ ਵੱਖਰੇ ਤੌਰ ਤੇ ਫਿਗਰ ਆਊਟ ਕਰਦਾ ਹਮੇਸ਼ਾ। ਫਿਰ ਸਾਡਾ ਕੁਛ ਇਸ ਤਰ੍ਹਾਂ ਦਾ ਮੀਡੀਆ ਦਾ ਹਿੱਸਾ ਹੈ ਜਿਨ੍ਹਾਂ ਨੇ ਆਪਣੇ ਚਾਰਟ ਦੇ ਵਿੱਚ ਹਮੇਸ਼ਾ ਤਬਲੀਗੀਆਂ ਦਾ ਅੰਕੜਾ ਲਿਖਣਾ ਹੁੰਦਾ, ਜਦਕਿ ਤਬਲੀਗੀਆਂ ਦੇ ਮਾਮਲੇ ਤੋਂ ਨਾ ਹੀ ਨਹੀਂ ਰਹੇ ਪੰਜਾਬ 'ਚ। ਤਾਂ
ਪੰਜਾਬ ਦੇ ਵਿੱਚ ਹੀ ਜਿਹੜੇ ਆਪਣੇ ਅਖਬਾਰ ਇੱਥੇ ਛਾਪਦੇ ਨੇ ਕੁਛ ਲੋਕ ਜਿਹੜੇ ਕਿ ਚਲੋ ਭਾਵੇਂ ਸੱਜੇ ਪੱਖ ਦੇ ਹੋਣ ਖੱਬੇ ਪੱਖ ਦੇ ਹੋਣ ਜਿੱਧਰ ਮਰਜ਼ੀ ਤੁਰੇ ਫਿਰਨ, ਪਰ ਹੁਣ ਜਦੋਂ ਤਬਲੀਗੀਆਂ ਦੇ ਮਾਮਲੇ ਆਉਣੇ ਹੀ ਹਟ ਗਏ ਤਾਂ ਵੀ ਉਹ ਸ਼ਾਇਆ ਕਰਦੇ ਨੇ ਵਿਸ਼ੇਸ਼ ਤੌਰ ਤੇ, ਪਰ ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਫਿਰ ਉਹਦੇ 'ਚ ਤਾਂ ਫਿਰ ਤੁਹਾਨੂੰ ਆਪਣੇ ਮੀਡੀਆ ਦੇ ਵੀ ਅੰਕੜੇ ਦੇਣੇ ਚਾਹੀਦੇ ਆ। ਪੰਜਾਬ ਕੇਸਰੀ ਗਰੁੱਪ ਦੇ ਪੋਜ਼ਿਟਿਵ ਹੋਇਆ ਉਹ ਦਿਓ, ਤਮਿਲਨਾਡੂ 'ਚ ਇੱਕ ਚੈਨਲ ਦੇ ਹੋਇਆ ਉਹ ਦਿਓ, ਫਿਰ ਕਿੰਨੇ ਹੋਰ ਮੁੰਬਈ ਰਿਪੋਰਟਰ ਜਿਹੜੇ ਆ ਉਹ ਪੋਜ਼ਿਟਿਵ ਪਾਏ ਗਏ, ਤਾਂ ਤੁਹਾਨੂੰ ਫਿਰ ਉਹ ਸਾਰਿਆਂ ਦੇ ਅੰਕੜੇ ਦੇਣੇ ਚਾਹੀਦੇ ਆ। ਤਾਂ ਜਦੋਂ ਇੱਕ ਚੀਫ ਮਿਨਿਸਟਰ ਇਸ ਤਰ੍ਹਾਂ ਸਪੈਸ਼ਲੀ ਸਪੈਸੀਫਿਕਲੀ ਕਹਿੰਦਾ ਕਿ ਇੰਨੇ ਜੀ ਇਹਦੇ ਇੰਨੇ ਇਹਦੇ, ਕਦੇ ਮਰੀਜ਼ਾਂ ਦਾ ਵੀ ਕੋਈ ਧਰਮ ਹੋਇਆ, ਕੋਈ ਵਰਗੀਕਰਨ ਕੀਤਾ ਗਿਆ? ਮਰੀਜ਼ ਠੀਕ ਹੈ ਜੀ ਸਾਡੇ ਇੰਨੇ ਆਏ, ਸਾਡੇ ਤਾਂ ਹੈਲਥ ਮਿਨਿਸਟਰ ਆਪ ਕਹਿ ਰਹੇ ਆ ਕਿ ਸਾਡਾ ਪਾਣੀ ਫੇਰਤਾ, ਤੁਸੀਂ ਆਪ ਹੀ ਦੱਸਿਆ ਹੈ ਜਿਸ ਤਰ੍ਹਾਂ ਮਿੰਟੂ ਜੀ ਜੀ ਕਿ ਉਹਨਾਂ ਨੇ ਤਾਂ ਫਿਰ ਡਿਫਰੈਂਸ਼ੀਏਟ ਹੈਲਥ ਮਿਨਿਸਟਰ ਨਹੀਂ ਕਰਤਾ ਮਰੀਜ਼ਾਂ ਨੂੰ। ਬਿਲਕੁਲ ਗਲਤ ਗੱਲ ਹੈ, ਵਰਗੀਕਰਨ ਕਿਉਂ ਕਰ ਰਹੇ ਹੋ ਤੁਸੀਂ? ਔਰ ਜੇ ਸਰਕਾਰ ਵਰਗੀਕਰਨ ਕਰ ਰਹੀ ਆ ਤਾਂ ਇਹਦਾ ਮਤਲਬ ਆ ਕਿ ਅਸੀਂ ਗੁਨਾਹਗਾਰ ਜਿਹੜੇ, ਠੀਕ ਆ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਇਸ ਤਰ੍ਹਾਂ ਦੀ ਸੋਚ ਰੱਖਦੇ ਆ ਅਸੀਂ ਉਹਨਾਂ ਨੂੰ ਗੁਨਾਹਗਾਰ ਮੰਨ ਰਹੇ, ਪਰ ਅਸੀਂ ਸਭ ਤੋਂ ਪਹਿਲਾਂ ਤੇ ਸਰਕਾਰ ਤੇ ਸਵਾਲ ਚੱਕੀਏ ਕਿ ਤੁਹਾਡੀ ਨਜ਼ਰ ਦੇ ਵਿੱਚ ਕੀ ਬਿਮਾਰ ਇੱਕ ਬਿਮਾਰ ਨਾ ਹੋ ਕੇ ਇੱਕ ਧਰਮ ਵਿਸ਼ੇਸ਼ ਦਾ ਬੰਦਾ ਜਾਂ ਉਹ ਖਾਸ ਇੱਕ ਕੈਟਾਗਰੀ ਦਾ, ਤੇ ਜੇ ਤੁਸੀਂ ਕੈਟਾਗਰਾਈਜੇਸ਼ਨ ਕਰਦੇ ਹੋ ਤਾਂ ਤੁਹਾਨੂੰ WHO ਦਾ ਵੇਖ ਲੈਣਾ ਚਾਹੀਦਾ। WHO ਨੇ ਖੁਦ ਇਹਨਾਂ ਨੂੰ ਝਾੜਿਆ, WHO ਦਾ ਅਧਿਕਾਰਤ ਬਿਆਨ ਆ। ਜੇ ਸਿਹਤ ਮੰਤਰੀ WHO ਦੀਆਂ ਦੂਜੀਆਂ ਗਾਈਡਲਾਈਨਸ ਮੰਨਦਾ ਤੇ ਆ ਜਿਹੜੀ ਫਟਕਾਰ ਨਹੀਂ ਮੰਨਦਾ, ਫਿਰ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਅੰਦਰ ਕੀ ਚੱਲ ਰਿਹਾ। ਤਾਂ ਐਸੀ ਮਾਨਸਿਕਤਾ ਚੋਂ ਬਾਹਰ ਨਿਕਲਣ ਦੀ ਜ਼ਰੂਰਤ ਹੈ, ਚਾਹੇ ਸਿਆਸਤਦਾਨ ਹੋਣ ਚਾਹੇ ਸਮਾਜ ਹੋਵੇ, ਨਿਕਲਣਾ ਚਾਹੀਦਾ ਬਾਹਰ। ਦੇਖੋ ਜੇ ਤੁਸੀਂ ਬਿਮਾਰੀ ਨੂੰ ਧਰਮ ਦੇ ਨਾਲ ਜੋੜੋਗੇ ਨਾ, ਅਸਲ ਦੇ ਵਿੱਚ ਤੁਸੀਂ ਖੁਦ ਬਿਮਾਰ ਹੋ ਫਿਰ। ਬਿਲਕੁਲ 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 ਬਿਲਕੁਲ, ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਮਾਂ ਦਿੱਤਾ ਵਿਸਥਾਰ ਦੇ ਵਿੱਚ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਔਰ ਆਪਣੇ ਅਣਮੁੱਲੇ ਵਿਚਾਰ ਦਿੱਤੇ। ਉਮੀਦ ਕਰਦੇ ਹਾਂ ਕਿ ਤੁਸੀਂ ਸਿਹਤਯਾਬ ਹੋ ਔਰ ਇਸ ਤਰ੍ਹਾਂ ਸਿਹਤਯਾਬ ਰਹੋਗੇ। ਜੀ ਜੀ ਮਿਹਰਬਾਨੀ ਜੀ ਸਿਮਰਨਜੀਤ ਸਿੰਘ ਮੱਕੜ ਜੀ, ਤੁਸੀਂ ਔਰ ਤੁਹਾਡੇ ਦਰਸ਼ਕ ਵੀ ਆਪੋ ਆਪਣਾ ਖਿਆਲ ਰੱਖਣ, ਧੰਨਵਾਦ ਜੀ ਬਹੁਤ। ਸਤਿ ਸ਼੍ਰੀ ਅਕਾਲ।